ਜਾਣ ਦੀਆਂ ਤਿਆਰੀਆਂ ਨੇ ਤੇ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਸਿਸੂ ਤੱਕ ਜਾ ਕੇ ਆਈਏ। ਲਾਗੇ ਇੱਕ ਡੇਢ ਘੰਟਾ ਸਾਡਾ ਜਿਹੜਾ ਉੱਥੇ ਖਰਾਬ ਹੋ ਗਿਆ, ਜਿਹੜਾ ਅਪਲਾਈ ਕਰ ਸਕਦੇ ਉਹਦਾ ਲਿੰਕ ਜਿਹੜਾ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਪਾ ਦੂੰਗਾ ਤੇ ਤੁਸੀਂ। ਤੇ ਹੁਣ ਵਾਪਸ ਆ ਗਏ, ਆਹ ਦੇਖੋ ਨਿਆਣਾ ਸਾਡਾ ਕਿਵੇਂ। ਹਾਂਜੀ, ਤੇ ਅਸੀਂ ਹੁਣ ਸਲਾਮ ਕਰ ਲਈਏ। ਹਾਂਜੀ, ਜਦੋਂ ਆਪਾਂ ਅਟਲ ਟਨਲ ਜਾਂਦੇ ਹਾਂ ਫਰੰਟ ਸਾਈਡ ਤੇ ਲੇਨ ਇਹ ਜਿਹੜਾ ਹੈਗਾ ਵਾ 396 400 ਕਿਲੋਮੀਟਰ ਤੇ। ਮੈਂ ਕਿਹਾ ਫਤਿਹ ਲਈ ਤਾਂ ਦੁੱਧ ਲੈ ਲਾਂਗੇ, ਤੇਰੇ ਲਈ ਬੱਕਰੀ ਚੋਲਾਂਗੇ। ਇਤੋਂ ਸਾਡੇ ਪ੍ਰਧਾਨ ਜੀ ਨੇ, ਇਹ ਪ੍ਰਧਾਨ ਸਰ ADC। ਹੁਣ ਅਸੀਂ ਗੁਹਾਰ ਆਪਣੀ ADC ਨੂੰ ਲਈਏ, ਡੀਸੀ ਨੂੰ ਲਈਏ। ਆਹ ਟਰੈਕ ਆ ਜੀ, ਕੋਈ ਆ ਰਹੀ ਆ, ਝੜੀ ਲੱਗ ਰਹੀ ਹੁੰਦੀ ਨਾ, ਝੜੀ ਦਾ ਹਾਲ ਆ ਜੀ ਇੱਥੇ, ਬਹੁਤ ਔਖਾ ਹੋ। ਇਹ ਹੈ ਪਹਾੜੀ ਰੂਟ ਤੋਂ। ਹੈਲੋ ਪਾਪਾ ਜੀ, ਭਾਜੀ ਗੁੱਡ ਮਾਰਨਿੰਗ ਜੀ, ਹੋਰ ਸਾਰੇ ਕਿੱਦਾਂ, ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਰਾਤ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਮਨਾਲੀ ਆ ਗਏ ਸੀ ਤੇ ਇੱਥੇ ਰੁਕ ਗਏ ਸੀ, ਤੇ ਹੁਣ ਇਹ ਤਿਆਰ ਤਿਉਰ ਹੋ ਗਏ ਤੇ ਜਾਣ ਦੀਆਂ ਤਿਆਰੀਆਂ ਨੇ। ਤੇ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਸਿਸੂ ਤੱਕ ਜਾ ਕੇ ਆਈਏ, ਕਿਉਂਕਿ ਲੋਕਲ ਵਿਜ਼ਿਟ ਜਿਹੜਾ ਅਸੀਂ ਕੱਲ੍ਹ ਕਰਾਂਗੇ ਜਾਂ ਸ਼ਾਮ ਹੋ ਕੇ ਕਰ ਲਾਂਗੇ। ਅੱਜ ਅਟਲ ਟਨਲ ਕ੍ਰੋਸ ਕਰਕੇ ਸਿਸੂ ਵਾਲੇ ਪਾਸੇ ਜਾਂਦੇ ਹਾਂ। ਨਾਲ ਦੇ ਰੂਮ 'ਚ ਦੇਖਦੇ ਹਾਂ ਅਸੀਂ ਸਾਡੇ ਨਾਲ ਦੇ ਤਿਆਰ ਹੋ ਗਏ ਕਿ ਨਹੀਂ ਹੋ ਗਏ, ਉਹਨਾਂ ਨੂੰ ਵੀ ਦੇਖੀਏ। ਫਿਰ ਆਹ ਦੇਖੋ ਜੀ, ਸਾਡਾ ਐਡੀ ਤਿਆਰ ਹੁੰਦਾ। ਸੇ ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਏ ਗੁੱਡ ਮਾਰਨਿੰਗ। ਬ੍ਰੇਕਫਾਸਟ ਟਾਈਮ, ਆਪਣੇ ਲਈ ਸੈਂਡਵਿਚ, ਮੇਰੇ ਲਈ ਪਰਾਂਠਾ, ਫਤਿਹ ਲਈ ਵੀ। ਫਤਿਹ ਕੀ ਖਾਣਾ ਪੁੱਤ? ਸੈਂਡਵਿਚ, ਫਤਿਹ ਖਾਣਾ ਸੈਂਡਵਿਚ। ਫੇਰ ਸਟਾਰਟ ਹੋ ਗਈ ਬਾਰਿਸ਼ ਦੇ ਨਜ਼ਾਰੇ, ਤੇ ਮੈਨੂੰ ਲੱਗਦਾ ਬਾਰਿਸ਼ ਦੇ ਨਜ਼ਾਰੇ ਹੀ ਲੈ ਜਾਣੇ ਅੱਜ ਘੁੰਮ ਘੁੰਮ ਨਹੀਂ ਹੋ ਸਹੀ ਵੀ ਪਲਾਨ ਕੈਨਸਲ। ਹਾਂ, ਕੱਲ ਵੀ ਸਾਡੇ ਪਲਾਨ ਜਿਹੜੇ ਸੀ ਇਦਾਂ ਹੀ ਕੈਨਸਲ ਹੋ ਗਏ ਸੀ, ਕਿਉਂਕਿ ਕੱਲ ਵੀ ਬਾਰਿਸ਼ ਹੋਈ ਗਈ ਤੇ ਅੱਜ ਫੇਰ। ਕੱਲ ਰਾਤ ਅਸੀਂ ਜਾਣਾ ਸੀ ਆਊਟਿੰਗ ਤੇ ਪਰ ਨਹੀਂ ਜਾ ਪਾਏ, ਰੀਜ਼ਨ ਸੀਗਾ ਬਾਰਿਸ਼। ਜਾ ਕੇ ਅਸੀਂ ਲੋਕਲ ਮਾਰਕੀਟ ਘੁੰਮਾਂਗੇ ਪਰ ਬਾਰਿਸ਼ ਦੇ ਕਰਕੇ ਪੋਸੀਬਲ ਹੀ ਨਹੀਂ ਹੋ ਪਾਇਆ। ਤੇ ਅੱਜ ਵੀ ਦੇਖਦੇ ਹਾਂ ਜੇ ਬਾਰਿਸ਼ ਹੋ ਗਈ ਤਾਂ। ਹਾਂ, ਆ ਸਾਡੇ ਗਵਾਂਢੀ, ਗਵਾਂਢੀਓ ਤਿਆਰ ਹੋ? ਚਲੋ ਆ ਜਾਓ ਬੱਚਿਓ, ਚੱਲ ਨੂਰ ਆ ਜਾ। ਹੈਲੋ ਫੋਰਨਸ, ਅੱਜ ਦਾ ਨਾਮ ਇਹਦਾ ਨਾਮ ਵੀ ਮੈਂ ਜਸਵਿੰਦਰ ਪੁੱਛਿਆ, ਮੈਂ ਅੱਜ ਵੀ ਸੇਵਾ ਕੀਤੀ ਕਰ ਦੇ ਪਰ ਸੇਵਾ ਇਹਨੂੰ ਇਹਨੂੰ ਇੰਜੋਏ। ਆਹ ਗਰਮੀ ਦੀਆਂ ਛੁੱਟੀਆਂ ਮਨਾਈਆਂ ਜਾ ਰਹੀਆਂ, ਦੇਖੋ ਜੀ। ਆਹ ਦੂਜੀ ਗੱਡੀ ਦੇ ਡਰਾਈਵਰ ਨੇ ਸਾਡੀ ਤੇ, ਡਰਾਈਵਰ ਸਾਹਿਬ, ਡਰਾਈਵਰ ਸਾਹਿਬ ਹੌਲੀ ਚੱਲੋ ਜੀ। ਅਸੀਂ ਜਾਣਾ ਸੀਗਾ ਅੱਜ ਹੁਣ ਅੱਗੇ ਸਿਸੂ ਨੂੰ, ਪਰ ਆਹ ਕਾਰ ਵਾਲਾ ਜਿਹੜਾ ਇਨਸਾਨ ਹੈਗਾ ਇਹ ਗੱਡੀ ਇੱਥੇ ਖੜੀ ਕਰ ਗਿਆ, ਆਪ ਇੱਥੋਂ ਟੈਕਸੀ ਕਰਾ ਕੇ ਸੁਲਾਂਗ ਵੈਲੀ ਚਲਾ ਗਿਆ, ਅਤੇ ਸਾਡੇ ਬਾਈ ਵਾਲੀ ਕਾਰ ਜਿਹੜੀ ਉਹ ਸਟੱਕ ਹੋ ਗਈ ਇੱਥੇ, ਉਹ ਪਿੱਛੇ। ਹਾਂਜੀ ਬਾਈ ਜੀ, ਹੋਟਲ ਤੋਂ ਤਾਂ ਨਿਕਲ ਗਏ ਸੀਗੇ ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਸਾਡੀ ਗੱਡੀ ਜਿਹੜੀ ਹੋ ਗਈ ਸੀ ਸਟੱਕ, ਸਾਡੇ ਵਾਲੀ ਦੀ ਹੋਈ, ਜਸਵਿੰਦਰ ਵਾਲੀ ਗੱਡੀ ਜਿਹੜੀ ਸਟੱਕ ਹੋ ਗਈ ਸੀ, ਉਹਦਾ ਰੀਜ਼ਨ ਕੀ ਸੀ? ਉਹਦੇ ਬੈਕ ਸਾਈਡ 'ਤੇ ਜਿਹੜਾ ਇੱਕ ਬੇਵਕੂਫ ਇਨਸਾਨ ਜਿਹੜਾ ਹੈਗਾ ਗੱਡੀ ਪਾਰਕ ਕਰ ਗਿਆ ਆਪਣੀ, ਅਤੇ ਆਪ ਉਹ ਹੜਿੰਬਾ ਦੇਵੀ ਟੈਂਪਲ 'ਚ ਲੈ ਕੇ ਮੱਥਾ ਟੇਕ ਲਈ। ਫਿਰ ਹੋਟਲ ਵਾਲੇ ਨੇ ਉਹਨੂੰ ਫੋਨ ਕਰਕੇ ਉਹ ਤੋਂ ਚਾਬੀ ਲਿਆ ਕੇ ਗੱਡੀ ਸਾਡੀ ਕਢਾਈ, ਪਰ ਇਹ ਸਾਰੇ ਪ੍ਰੋਸੈਸ ਨੂੰ ਇੱਕ ਡੇਢ ਘੰਟਾ ਲੱਗ ਗਿਆ, ਇੱਕ ਡੇਢ ਘੰਟਾ ਸਾਡਾ ਜਿਹੜਾ ਉੱਥੇ ਖਰਾਬ ਹੋ ਗਿਆ। ਅਤੇ ਹੁਣ ਉਹ ਖਰਾਬ ਤਾਂ ਹੋ ਗਿਆ, ਚੱਲ ਹੁਣ ਕਰ ਤਾਂ ਕੁਛ ਨਹੀਂ ਸਕਦੇ ਜੀ, ਪਰ ਹੁਣ ਅਸੀਂ ਨਿਕਲ ਗਏ ਅੱਗੇ ਨੂੰ। ਹੁਣ ਅਸੀਂ ਇੱਥੋਂ ਜਾ ਰਹੇ ਹਾਂ ਸੁਲਾਂਗ ਵੈਲੀ, ਜੇ ਅਟਲ ਟਨਲ ਖੁੱਲੀ ਹੋਈ ਤਾਂ ਅਟਲ ਟਨਲ ਜਾਵਾਂਗੇ। ਕਹਿੰਦੇ ਵੀ ਇੱਧਰ ਸਨੋਫਾਲ ਹੋ ਰਹੀ ਹੈ ਉੱਪਰ ਸਿਸੂ ਵਾਲੀ ਸਾਈਡ 'ਤੇ, ਜਿਸ ਵਾਲੀ ਸਾਈਡ 'ਤੇ ਅੱਜ ਦਾ ਸਫ਼ਰ ਜਿਹੜਾ ਅਸੀਂ ਇੱਦਾਂ ਗੱਡੀ 'ਚ ਕੱਢਾਂਗੇ ਜਾਂ ਫਿਰ ਘੁੰਮਦੇ ਫਿਰਦੇ। ਇੱਥੋਂ ਸੁਲਾਂਗ ਅਪਰੋਕਸੀਮੇਟਲੀ ਇੱਥੋਂ 12 ਕਿਲੋਮੀਟਰ ਸੁਲਾਂਗ ਆ ਜੀ, ਅਤੇ ਇੱਥੋਂ ਅਟਲ ਟਨਲ 20 ਕਿਲੋਮੀਟਰ ਆ, ਅਤੇ ਜੇ ਆਪਾਂ ਰੋਹਤਾਂਗ ਵਗੈਰਾ ਨੂੰ ਜਾਈਏ ਤਾਂ ਰੋਹਤਾਂਗ 24 ਕਿਲੋਮੀਟਰ ਆ। ਪਰ ਰੋਹਤਾਂਗ ਦਾ ਪਾਸ ਜਿਹੜਾ ਉਹ ਅੱਜ ਸਾਨੂੰ ਮਿਲਿਆ ਨੀਗਾ, ਉਹਦਾ ਰੀਜ਼ਨ ਇਹ ਆ ਕਿ ਰੋਹਤਾਂਗ ਦਾ ਪਾਸ ਜਿਹੜਾ ਪਹਿਲਾਂ ਇੱਕ ਦਿਨ ਪਹਿਲਾਂ ਆਪਾਂ ਨੂੰ ਲੈਣਾ ਪੈਂਦਾ ਵਾ, ਅਤੇ ਆਪਾਂ ਨੂੰ ਔਨ ਦਾ ਸਪੋਰਟ ਜਿਹੜਾ ਰੋਹਤਾਂਗ ਦਾ ਪਾਸ ਮਿਲਦਾ ਨਹੀਂ, ਕਿਉਂਕਿ ਰੋਹਤਾਂਗ ਜਾਣ ਲਈ ਜਿਹੜਾ ਆਪਾਂ ਨੂੰ ਪਾਸ ਮਿਲਦਾ ਉਹਦੇ ਵਿੱਚ ਇੱਕ ਦਿਨ ਦੇ ਵਿੱਚ ਪੈਟਰੋਲ ਵਾਲੀਆਂ ਜਿਹੜੀਆਂ ਗੱਡੀਆਂ ਨੇ ਉਹ 600 ਅਤੇ ਜਿਹੜੀਆਂ ਡੀਜ਼ਲ ਵਾਲੀਆਂ ਨੇ ਉਹ 300 ਜਾਂ 400 ਗੱਡੀਆਂ ਨੂੰ ਸਿਰਫ ਪਾਸ ਦਿੰਦੇ ਨੇ। ਟੋਟਲ 800 ਗੱਡੀ ਜਿਹੜੀ ਪਰਮਿਸ਼ਨ ਉੱਥੇ ਪਰ ਡੇ ਮਿਲਦੀ ਆ, ਉਹ ਸਾਰੀ ਇੱਕ ਦਿਨ ਦੇ ਵਿੱਚ ਹੀ ਬੁੱਕ ਹੋ ਜਾਂਦੀ ਆ। ਅਤੇ ਜਿਹੜਾ ਉਹਦਾ ਪਾਸ ਲੈਣਾ ਹੈਗਾ ਉਹ ਔਨਲਾਈਨ ਪਾਸ ਮਿਲਦਾ, ਅਤੇ ਉਹ ਆਪਾਂ 600 ਰੁਪਈਆ ਔਨਲਾਈਨ ਪੇ ਕਰਨਾ ਪੈਂਦਾ ਉਹਦੇ ਲਈ। ਜਿਹੜੀ ਹਿਮਾਚਲ ਪ੍ਰਦੇਸ਼ ਦੀ ਜਿਹੜੀ ਹੈਗੀ ਆ ਉਹ ਵੈਬਸਾਈਟ ਹੈਗੀ, ਉੱਥੇ ਤੁਸੀਂ ਜਾ ਕੇ ਉਹਨੂੰ ਪਾਸ ਜਿਹੜਾ ਅਪਲਾਈ ਕਰ ਸਕਦੇ ਹੋ, ਉਹਦਾ ਲਿੰਕ ਜਿਹੜਾ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਪਾ ਦੂੰਗਾ, ਅਤੇ ਤੁਸੀਂ ਇੱਥੋਂ ਰੋਹਤਾਂਗ ਦਾ ਪਾਸ ਵੀ ਲੈ ਸਕਦੇ ਹੋ। ਅਟਲ ਟਨਲ ਜਾਣ ਲਈ ਕੋਈ ਪਾਸ ਲੈਣ ਦੀ ਲੋੜ ਨਹੀਂ ਪੈਂਦੀ, ਸੁਲਾਂਗ ਵੈਲੀ ਜਾਣ ਲਈ ਕੋਈ ਪਾਸ ਦੀ ਲੋੜ ਨਹੀਂ ਪੈਂਦੀ। ਸੋ ਅੱਜ ਅਸੀਂ ਫਿਰ ਇੱਧਰ ਹੀ ਚੱਲੇ ਹਾਂ ਜਿੱਧਰ ਕੋਈ ਪਾਸ ਦੀ ਰਿਕੁਆਇਰਮੈਂਟ ਨਹੀਂ ਹੈ। ਕਿੱਡਾ ਨਜ਼ਾਰਾ ਆਉਂਦਾ ਰਾਸਤੇ ਦੇ ਵਿੱਚ, ਇੰਨਾ ਸਫ਼ਰ ਸੋਹਣਾ। ਸਵੇਰ ਤੱਕ ਤਾਂ ਬਾਰਿਸ਼ ਹੋ ਰਹੀ ਸੀ, ਹੁਣ ਬਾਰਿਸ਼ ਹਟ ਗਈ। ਲੇਟ ਬਹੁਤ ਹੋ ਗਏ ਇੱਥੇ, ਸਾਨੂੰ ਥੋੜਾ ਟਾਈਮ ਲੱਗ ਗਿਆ। ਹੋਟਲ ਵਾਲਿਆਂ ਦਾ, ਵਿਚਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਉਹਨਾਂ ਨੇ ਕੀ ਕੀਤਾ ਕਿ ਇੱਥੋਂ ਖੁਦ ਗਏ ਨੇ ਸੁਲਾਂਗ ਵੈਲੀ, ਉੱਥੋਂ ਜਾ ਕੇ ਚਾਬੀ ਲੈ ਕੇ ਆਏ ਆ, ਫਿਰ ਉਹਨਾਂ ਨੇ ਕਾਰ ਨੂੰ ਪਿੱਛੇ ਕੀਤਾ, ਫਿਰ ਅਸੀਂ ਉੱਥੋਂ ਨਿਕਲੇ ਆ। ਇੱਥੋਂ ਆਪਾਂ ਜਾਵਾਂਗੇ ਬਸ ਰਾਈਟ ਹੈਂਡ ਸਾਈਡ ਤੇ,
ਉਹ ਜਿਹੜਾ ਪੁਲ ਸਾਹਮਣੇ ਹੈਗਾ ਪੁਲ ਪਾਰ ਕਰਕੇ ਪਰਲੇ ਵਾਲੇ ਪਾਸੇ ਹੁਣ ਆਪਾਂ ਨਹਿਰ ਦੇ ਇੱਧਰ ਸੀਗੇ ਹੁਣ ਨਹਿਰ ਦੇ ਪਰਲੇ ਪਾਸੇ ਚਲੇ ਜਾਵਾਂਗੇ ਆਪਾਂ ਨਹਿਰ ਆ ਕੇ ਨਦੀ ਆ ਕੀ ਆ ਇਹ ਉਹ ਪੁਲ ਆ ਗਿਆ ਉਹ ਪੁਲ ਤੋਂ ਜਾਵਾਂਗੇ ਆਪਾਂ ਉੱਧਰ ਨੂੰ ਆ ਨੂਰ ਦਾ ਫੇਵਰਟ ਸੌਂਗ ਚੱਲ ਪਿਆ ਜੀ ਨੂਰ ਨੂਰ ਦੇਖੋ ਮਸਤੀਆਂ ਮਾਰਦਾ ਜਾਂਦਾ ਹਾਰੀਏ ਰੱਬ ਤੇਰਾ ਰਾਖਾ ਮੇਰੀ ਚੱਲ ਹਾਰੀਏ ਰੱਬ ਤੇਰਾ ਹਾਂਜੀ ਬਾਈ ਜੀ ਜਾਈਦਾ ਜਾਂਦੇ ਆ ਪਰ ਹੈ ਇਧਰ ਮਾੜਾ ਹਾਲ ਹੀ ਇਸ ਵਾਰੀ ਜਾਮ ਦੇਖੋ ਦਸ ਮਿੰਟ ਹੋ ਗਏ ਸਾਨੂੰ ਇੱਥੇ ਖੜਿਆ ਨੂੰ ਪਰ ਇੱਥੇ ਗੱਡੀਆਂ ਤੁਰਦੀਆਂ ਤੱਕ ਨਹੀਂ ਪਈਆਂ ਜਾਮ ਚ ਬਸ ਆਈ ਖੜੇ ਆ ਪਹਿਲੇ ਦੂਜੇ ਗੇਅਰ ਚ ਸੋ ਇਸ ਸੀਜ਼ਨ ਚ ਜੇਕਰ ਕੋਈ ਆ ਰਿਹਾ ਤਾਂ ਸੋ ਸਮਝ ਕੇ ਆਇਓ ਸਾਰਾ ਪੰਜਾਬ ਸਾਰਾ ਰਾਜਸਥਾਨ ਹਰਿਆਣਾ ਦਿੱਲੀ ਚੰਡੀਗੜ੍ਹ ਇੱਥੇ ਆ ਆਲਮੋਸਟ ਮੈਂ ਕਹਿੰਦਾ ਵੀ ਤਿੰਨ ਸਟੇਟਾਂ ਜਿਹੜੀਆਂ ਨੇ ਇੱਥੇ ਪਹੁੰਚ ਗਈਆਂ ਉਹਦੇ ਕਰਕੇ ਰਾਸ਼ ਨਾ ਰਹਿਣ ਨੂੰ ਜਗ੍ਹਾ ਮਿਲਦੀ ਆ ਪ੍ਰੋਪਰ ਤੇ ਨਾ ਖਾਣ ਪੀਣ ਨੂੰ ਨਾਲੇ ਨਾ ਹੀ ਇੱਥੇ ਕੋਈ ਹੱਗੜ ਹੰਡੀ ਕਰਨ ਨੂੰ ਇਹ ਬਹੁਤ ਸੋਹਣੀ ਲੋਕੇਸ਼ਨ ਸੀ ਸਾਨੂੰ ਮਿਲੀ ਗੱਡੀ ਅਸੀਂ ਰੋਡ ਸਾਈਡ ਖੜੀ ਕਰਤੀ ਇਹਨਾਂ ਨੂੰ 15 ਮਿੰਟ ਦਾ ਟਾਈਮ ਦਿੱਤਾ ਇੱਥੇ ਜੋ ਇਹਨਾਂ ਨੇ ਮਸਤੀ ਮੁਸਤੀ ਮਾਰਨੀ ਇੱਥੇ ਮਾਰ ਲੈਣੇ 15-20 ਮਿੰਟ ਹੈ ਪੁੱਤ ਓਹੋ ਚਲੋ ਵੀ ਨੂਰ ਦੀ ਫੋਟੋ ਫੋਟੋ ਖਿੱਚੋ ਪੂਰੇ ਵਾਈਟ ਪਿਆ ਗਲੇਸ਼ੀਅਰ ਇਹ ਐਂ ਲੱਗਦਾ ਨਾ ਜਿਵੇਂ ਪੂਰੇ ਨੇੜੇ ਹੋਣੇ ਪਰ ਨੇੜੇ ਨਹੀਂ ਮੈਂ ਤੁਹਾਨੂੰ ਜ਼ੂਮ ਆਊਟ ਕਰਕੇ ਦਿਖਾਉਂਦਾ ਇਹਦਾ ਆਹੋ ਜ਼ੂਮ ਆਊਟ ਆ ਦੇਖੋ ਕਿੱਥੇ ਪਏ ਨੇ ਬਹੁਤ ਦੂਰ ਨੇ ਪਰ ਲੱਗਦੇ ਇਹ ਨੇੜੇ ਨੇ ਹਾਂਜੀ ਤੇ ਇੱਥੇ ਲਾ ਲਿਆ 15-20 ਮਿੰਟ ਦਾ ਅਸੀਂ ਸਟਾਪ ਤੇ ਹੁਣ ਵਾਪਸ ਆ ਗਏ ਆਹ ਦੇਖੋ ਨਿਆਣਾ ਸਾਡਾ ਕਿਵੇਂ ਹਾਂ ਨੂਰ ਤਾਂ ਵਿਚਾਰਾ ਭਜੀਕੜ ਦਾ ਥਾਰ ਦੀ ਕਮੀ ਵੀ ਆਈ ਇਹ ਜਦੋਂ ਆਪਾਂ ਇਹਨੂੰ ਕਿਸੇ ਬੰਦੇ ਦੇ ਪਿੱਛੇ ਬਹਿਣਾ ਤੇ ਸੀਟ ਜਿਹੜੀ ਮੂਹਰੇ ਸਿੱਟਣੀ ਪੈਂਦੀ ਆ ਪਰ ਚਲੋ ਜਿਹੜਾ ਇਹਦਾ ਨਜ਼ਾਰਾ ਵੀ ਹੈਗਾ ਵਾ ਹੁਣ ਅਸੀਂ 20 ਮਿੰਟ ਇੱਥੇ ਸਪੈਂਡ ਕਰ ਲਏ ਤੇ ਹੁਣ ਅਸੀਂ ਵਾਪਸ ਆਪਣੀ ਜਿਹੜੇ ਅੱਗੇ ਡੈਸਟੀਨੇਸ਼ਨ ਦੇ ਉੱਧਰ ਨੂੰ ਜਾ ਰਹੇ ਹਾਂ ਸੁਲਾਂਗ ਵੈਲੀ ਇੱਥੇ ਅਪਰੋਕਸੀਮੇਟਲੀ 8 ਕਿਲੋਮੀਟਰ ਰਹਿ ਗਿਆ ਤੇ ਉੱਥੇ ਜਾ ਕੇ ਫਿਰ ਜੇ ਕੋਈ ਐਕਟੀਵਿਟੀ ਹੋਈ ਜੇ ਅਸੀਂ ਕੋਈ ਐਕਟੀਵਿਟੀ ਕਰਦੇ ਹਾਂ ਵੈਸੇ ਐਕਟੀਵਿਟੀ ਉੱਥੇ ਬਹੁਤ ਜ਼ਿਆਦਾ ਹੈਗੀਆਂ ਨੇ ਜਿਵੇਂ ਕਿ ਅਸੀਂ ਲਾਸਟ ਟਾਈਮ ਦੇਖਿਆ ਹੀ ਹੈਗਾ ਤੁਸੀਂ ਸਾਡਾ ਬਲੌਗ ਦੇਖਿਆ ਉਹਦੇ ਵਿੱਚ ਜੇ ਨਹੀਂ ਦੇਖਿਆ ਸਾਡਾ ਪਿਛਲਾ ਬਲੌਗ ਦੇ ਲਿਓ ਅਸੀਂ ਉੱਥੇ ਬਹੁਤ ਸਾਰੀ ਐਕਟੀਵਿਟੀ ਜਿਹੜੀ ਸੀਗੀ ਅਸੀਂ ਕੀਤੀ ਸੀ ਨੂਰ ਨੇ ਵੀ ਕੀਤੀਆਂ ਸੀਗੀਆਂ ਤੇ ਹੁਣ ਅਸੀਂ ਜਾਂਦੇ ਹਾਂ ਸੁਲਾਂਗ ਵੈਲੀ ਨੂੰ ਤੇ ਉੱਥੇ ਜਾ ਕੇ ਜਿਹੜੀਆਂ ਵੀ ਐਕਟੀਵਿਟੀ ਹੈਗੀਆਂ ਨੇ ਜੇ ਅਸੀਂ ਕੋਈ ਐਕਟੀਵਿਟੀ ਕਰਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਚੱਲ ਹਰਪੀ ਚੱਲ ਯਾਰ ਫਿਰ ਆਪਾਂ ਬਹੁਤ ਲੇਟ ਹੋ ਜਾਂਦੇ ਤੇ ਇੱਦਾਂ ਕਿਉਂਕਿ ਟਾਈਮ ਸਾਡੇ ਕੋਲ ਅੱਜ ਘੱਟ ਆ ਤੇ ਇੰਨੇ ਕੁ ਟਾਈਮ ਦੇ ਵਿੱਚ ਕੁਝ ਹੋਣਾ ਹੈ ਨਾ ਇਹ ਸੁਲਾਂਗ ਵੈਲੀ ਆ ਸੁਲਾਂਗ ਗਾਓ ਥੱਲੇ ਸੁਲਾਂਗ ਪਿੰਡ ਆ ਪਿੰਡ ਪੂਰਾ ਇਹ ਬਸ ਵੈਲੀ ਪਿੰਡ ਇੱਕ ਹੀ ਚੀਜ਼ ਹੈ ਹਾਂਜੀ ਤੇ ਅਸੀਂ ਹੁਣ ਸੁਲਾਂਗ ਵੈਲੀ ਜਿਹੜੀ ਆ ਕ੍ਰੋਸ ਕਰ ਗਏ ਸੀ ਤੇ ਸੁਲਾਂਗ ਵੈਲੀ ਕ੍ਰੋਸ ਕਰਕੇ ਅਸੀਂ ਇਹ ਸੋਚਿਆ ਕਿ ਪਹਿਲਾਂ ਅਟਲ ਟਨਲ ਜਾਏ ਹੀ ਹੈ ਤੇ ਕਿਉਂਕਿ ਮੌਸਮ ਉੱਪਰ ਖਰਾਬ ਹੋ ਰਿਹਾ ਇਹ ਨਾ ਹੋਵੇ ਕਿ ਟਨਲ ਬੰਦ ਕਰ ਦੇਣ ਇਸ ਲਈ ਕਿਹਾ ਵੀ ਟਨਲ ਖੁੱਲ੍ਹੀ ਆ ਖੁੱਲ੍ਹੀ ਖੁੱਲ੍ਹੀ ਟਨਲ ਦੇਖ ਲਈਏ ਜੇ ਬੰਦ ਹੋ ਗਈ ਫਿਰ ਦੇਖੀ ਨਹੀਂ ਜਾਣੀ ਕਰਦੇ ਆ ਬੰਦ ਜਦੋਂ ਅੱਗੇ ਸਨੋਅ ਜ਼ਿਆਦਾ ਹੋ ਜਾਂਦੀ ਤਾਂ ਫਿਰ ਉਹ ਬੰਦ ਕਰਦੇ ਆ ਲੇਕਿਨ ਛੋਟੇ ਟਾਈਮ ਲਈ ਬੰਦ ਕਰਦੇ ਆ ਥੋੜ੍ਹੇ ਟਾਈਮ ਲਈ ਬੰਦ ਕਰਦੇ ਆ ਜਿਹੜੀ ਇਹ ਅਟਲ ਟਨਲ ਆ ਇਹ ਮਨਾਲੀ ਲੇਹ ਹਾਈਵੇ ਦੇ ਉੱਤੇ ਬਣੀ ਆ ਇਹ ਤੁਹਾਨੂੰ ਪਤਾ ਹੀ ਆ ਇਹ ਅਪਰੋਕਸੀਮੇਟਲੀ 9 ਕਿਲੋਮੀਟਰ ਜਿਹੜੀ ਲੰਬੀ ਟਨਲ ਆ ਇਹ ਸਾਡੇ ਨਿਆਣੇ ਨੇ ਇਹਦੇ ਬਾਰੇ ਪਤਾ ਨਹੀਂ ਗਾ ਕਹਿੰਦੇ ਡਿਸਕ੍ਰਾਈਬ ਹੀ ਕਰ ਦਿਓ ਫਿਰ ਮੈਂ ਡਿਸਕ੍ਰਾਈਬ ਕਰਨ ਲੱਗ ਗਿਆ ਇਹਨੂੰ ਇਹ ਅਟਲ ਟਨਲ ਜਾਂਦੇ ਆ ਰਾਹ ਚ ਛੋਟੀ ਛੋਟੀ ਸੁਰੰਗ ਜਿਹੜੀਆਂ ਨੇ ਇੱਦਾਂ ਹੀ ਆਉਂਦੀਆਂ ਨੇ ਟਨਲਸ ਆਉਂਦੀਆਂ ਨੇ ਇਹ ਸਾਰਾ ਦੇਖੋ ਕੰਮ ਜਿਹੜਾ ਵਾ BRO ਵੱਲੋਂ ਕੀਤਾ ਜਾਂਦਾ ਨੀਟ ਐਂਡ ਕਲੀਨ ਜਿਹੜੇ ਟਨਲਸ ਦੇ ਬਣਾਉਂਦੇ ਨੇ ਤਾਂ ਜੋ ਇੱਥੋਂ ਜਿਹੜਾ ਰਾਸਤਾ ਵਾ ਉਹ ਖਰਾਬ ਨਾ ਹੋਵੇ ਬੰਦ ਨਾ ਹੋਵੇ ਇਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮਨਾਲੀ ਲੇਹ ਮੇਨ ਹਾਈਵੇ ਆ ਇਹ ਅਦਰਵਾਈਜ਼ ਜੇਕਰ ਆਪਾਂ ਰੋਹਤਾਂਗ ਵਾਲੀ ਪਾਸੇ ਦੀ ਜਾਈਏ ਤਾਂ ਆਪਾਂ 6 ਮਹੀਨੇ ਜਾ ਹੀ ਨਹੀਂ ਸਕਦੇ ਕਿਉਂਕਿ 6 ਮਹੀਨੇ ਰੋਹਤਾਂਗ ਬੰਦ ਰਹਿੰਦਾ ਰੋਹਤਾਂਗ ਪਾਸ ਜਿਹੜਾ ਬੰਦ ਆ ਫਿਰ ਇਸ ਲਈ ਇਹ ਹਾਈਵੇ ਜਿਹੜਾ ਬਣਾਇਆ ਗਿਆ ਸਫ਼ਰ ਦਾ ਪੂਰਾ ਮਜ਼ਾ ਆ ਰਿਹਾ ਆਨੰਦ ਲੈਂਦੇ ਜਾਂਦੇ ਹਾਂ ਬਾਈ ਜੀ ਮੈਂ ਕਹਿੰਦਾ ਵੀ ਸਫ਼ਰ ਵਾਕਈ ਮਨਾਲੀ ਤੱਕ ਤਾਂ ਰਸ਼ ਸੀਗਾ ਲੇਕਿਨ ਮਨਾਲੀ ਤੋਂ ਬਾਅਦ ਸੁਲਾਂਗ ਟੱਪੇ ਆ ਉਸ ਤੋਂ ਬਾਅਦ ਸਫ਼ਰ ਫਿਰ ਹੋਰ ਵੀ ਸੁਹਾਵਣਾ ਜਿਹਾ ਹੋ ਗਿਆ ਅਟਲ ਟਨਲ ਜਸਟ 2 ਕਿਲੋਮੀਟਰ ਅਟਲ ਟਨਲ ਇੱਥੋਂ ਸਟਾਰਟਿੰਗ ਹੁੰਦੀ ਆ ਇੱਥੇ ਦੇਖੋ ਜਿੰਨੇ ਵੀ ਟੂਰਿਸਟ ਆਉਂਦੇ ਨੇ ਆਪਣਾ ਫੋਟੋ ਸੈਸ਼ਨ ਕਰਦੇ ਨੇ ਇੱਥੇ ਇੰਜੋਏ ਕਰਦੇ ਆ ਅਤੇ ਇੱਕ ਚੀਜ਼ ਦੇਖਿਓ ਅਟਲ ਟਨਲ ਜਿਸ ਤਰ੍ਹਾਂ ਕ੍ਰੋਸ ਹੁੰਦੀ ਆ ਤਾਂ ਐਟਮੋਸਫੇਅਰ ਮੌਸਮ ਕਿਵੇਂ ਚੇਂਜ ਹੁੰਦਾ ਉਹ ਤੁਹਾਨੂੰ ਦਿਖਾਉਂਦੇ ਹਾਂ ਜੇ ਹੋਇਆ ਤਾਂ
ਹੁਣ ਆਪਾਂ ਐਂਟਰ ਕਰਦੇ ਟਨਲ ਦੇ ਵਿੱਚ ਜੀ। ਸਪੀਡ ਲਿਮਿਟ 40 ਹੈ ਜੀ। ਟਨਲ ਕੰਪਲੀਟ, ਹੁਣ ਇੱਥੋਂ ਐਗਜ਼ਿਟ ਪੁਆਇੰਟ ਆ ਗਿਆ। ਇਸ ਟਨਲ ਦੇ ਨਾਲ ਨਾਲ ਜਿੱਥੇ ਤੱਕ ਮੈਨੂੰ ਆਈਡੀਆ ਕਿ ਇੱਕ ਟਨਲ ਹੋਰ ਆ, ਕਿਉਂਕਿ ਥਾਂ ਥਾਂ 'ਤੇ ਨਾ ਐਗਜ਼ਿਟ ਪੁਆਇੰਟ ਜਿਹੜੇ ਨੇ ਬਣੇ ਹੋਏ ਨੇ, ਉਹ ਉਸ ਲਈ ਬਣੇ ਹੋਏ ਨੇ ਜੇ ਇਨ ਕੇਸ ਆਫ ਕੋਈ ਐਮਰਜੈਂਸੀ ਹੋ ਜਾਂਦੀ ਆ, ਕਿਸੇ ਵੀ ਕੋਈ ਐਕਸੀਡੈਂਟ ਹੋ ਜਾਏ ਤਾਂ ਬੰਦਾ ਐਗਜ਼ਿਟ ਜਾ ਸਕੇ। ਆਹ ਦੇਖੋ ਜੀ, ਇੱਧਰ ਦੇ ਜਿਹੜੇ ਐਗਜ਼ਿਟ ਪੁਆਇੰਟ ਨੇ ਬਹੁਤ ਜਗ੍ਹਾ 'ਤੇ ਬਣੇ ਹੋਏ ਨੇ, ਇੱਧਰ ਵੀ ਬਣੇ ਹੋਏ ਨੇ ਦੋਨਾਂ ਸਾਈਡ 'ਤੇ, ਕਿਉਂਕਿ ਇਸ ਟਨਲ ਦੇ ਨੀਚੇ ਜਾਂ ਸਾਈਡ 'ਤੇ ਇੱਕ ਟਨਲ ਹੋਰ ਆ, ਕੋਮਲ ਟਨਲ ਹੋਰ ਬਣਾਈ ਹੋਈ ਆ, ਉਹ ਐਗਜ਼ਿਟ ਦੇ ਲਈ ਆ। ਉਸ ਦੇ ਵਿੱਚ ਐਗਜ਼ਿਟ ਪੁਆਇੰਟ ਦੇ ਵਿੱਚ ਆਪਾਂ ਪੈਦਲ ਹੀ ਜਿਹੜਾ ਵਾ ਜਾ ਸਕਦੇ, ਉੱਧਰ ਕਾਰ ਵਗੈਰਾ ਦੇ ਲਈ ਨਹੀਂ ਬਣੀ ਹੋਈ। ਜਿੱਦਾਂ ਹੀ ਐਗਜ਼ਿਟ ਕਰਦੇ ਆ ਜਿਹੜੇ ਡੀਜ਼ਲ ਨੇ ਚੇਂਜ ਹੋ ਜਾਂਦੇ ਨੇ। ਦੇਖੋ ਔਰ ਇੱਥੇ ਨਾ ਮਿਲਟਰੀ ਵਾਲੇ ਇੱਥੇ ਰੁਕਣ ਨਹੀਂ ਦਿੰਦੇ। ਗੱਡੀ, ਹਾਂ ਇੱਥੇ ਗੱਡੀ ਖੜੀ ਨਹੀਂ ਕਰਨ ਦੇ ਰਹੇ, ਤੇ ਸੋ ਅਸੀਂ ਇੱਥੇ ਗੱਡੀ ਨਹੀਂ ਖੜੀ ਕਰ ਰਹੇ, ਅਸੀਂ ਅੱਗੇ ਕਿਤੇ ਦੇਖਦੇ ਆ ਪਾਰਕਿੰਗ ਜਿੱਥੇ ਹੁੰਦੀ ਫਿਰ ਉੱਥੇ ਕਰਦੇ, ਪਰ ਵਿਊ ਬਹੁਤ ਹੀ ਜ਼ਿਆਦਾ ਚੇਂਜ ਹੋ ਜਾਂਦੇ। ਹੁਣ ਦੇਖੋ ਜਿਹੜਾ ਆਹ ਸਾਹਮਣੇ ਵੇ ਆ ਗਿਆ, ਜਿਹੜਾ ਆਹ ਸਾਹਮਣੇ ਬ੍ਰਿਜ ਆ, ਇਸ ਬ੍ਰਿਜ ਤੋਂ ਜੇ ਆਪਾਂ ਰਾਈਟ ਹੈਂਡ ਸਾਈਡ 'ਤੇ ਜਾਈਏ ਤਾਂ ਆਪਾਂ ਰੋਹਤਾਂਗ ਨੂੰ ਚਲੇ ਜਾਂਦੇ ਹਾਂ। ਜਿਹੜਾ ਆਹ ਸਾਰਾ ਵੇ ਆ, ਇਹ ਸਾਰਾ ਰੋਹਤਾਂਗ ਨੂੰ ਜਾ ਰਿਹਾ ਵਾ, ਉਹ ਰਸਤਾ ਜਿਹੜਾ ਇੱਧਰੋਂ ਜਾ ਰਿਹਾ ਰਾਈਟ ਹੈਂਡ ਸਾਈਡ 'ਤੇ, ਅਤੇ ਲੈਫਟ ਹੈਂਡ ਸਾਈਡ 'ਤੇ ਲੇਹ ਨੂੰ। ਲੇਹ ਜਿਹੜਾ ਹੈਗਾ ਵਾ 396 ਕਿਲੋਮੀਟਰ ਦੇ ਕਰੀਬ ਆ, ਅਤੇ ਜਿਹੜਾ ਰੋਹਤਾਂਗ ਆ ਉਹ 27 ਕਿਲੋਮੀਟਰ ਆ, ਅਤੇ ਕਾਜ਼ਾ ਨੂੰ ਜੇਕਰ ਜਾਣਾ ਹੋਵੇ ਤਾਂ ਆਪਾਂ ਇੱਥੋਂ ਕਾਜ਼ਾ ਵੀ ਜਾ ਸਕਦੇ ਹਾਂ। ਕਾਜ਼ਾ ਆਲਮੋਸਟ ਇੱਥੋਂ 144 ਕਿਲੋਮੀਟਰ ਦੇ ਕਰੀਬ ਹੈਗਾ ਵਾ, ਪਰ ਅਸੀਂ ਜਿਹੜਾ ਲਾਸਟ ਟਾਈਮ ਕਾਜ਼ਾ ਗਏ ਸੀ ਅਤੇ ਅਸੀਂ ਗਏ ਸੀਗੇ ਸ਼ਿਮਲੇ ਵਾਲੇ ਸਾਈਡ 'ਤੇ, ਇੱਧਰ ਦੀ ਵੀ ਕਾਜ਼ਾ ਜਾ ਸਕਦੇ ਆਪਾਂ। ਸੋ ਇੱਥੋਂ ਐਗਜ਼ਿਟ ਹੋਈ ਆ ਟਟਨ, ਅਤੇ ਇੱਥੋਂ ਐਗਜ਼ਿਟ ਹੋ ਕੇ ਆਹ ਜਿਹੜਾ ਪੁਲ ਆ ਗਿਆ, ਇਹ ਅਸੀਂ ਪੁਲ ਕਰੋਸ ਕਰਕੇ ਅਸੀਂ ਇੱਧਰ ਆ ਗਏ। ਤੁਹਾਨੂੰ ਮੈਂ ਦੱਸਿਆ ਸੀਗਾ ਜਿੱਦਾਂ ਉਹ ਪੁਲ ਤੋਂ ਰਾਈਟ ਹੈਂਡ ਸਾਈਡ 'ਤੇ ਜਿਹੜਾ ਸਿੱਧਾ ਕਾਜ਼ਾ ਨੂੰ ਸਪੀਤੀ ਨੂੰ ਜਿਹੜਾ ਉਹ ਰਾਹ ਚਲਾ ਜਾਂਦਾ, ਉਹ ਜਿਹੜੇ ਗਲੇਸ਼ੀਅਰ ਨੂੰ ਸਾਹਮਣੇ ਦੇਖਦੇ ਪਏ ਨੇ ਇਹ ਕਾਜ਼ਾ ਸਪੀਤੀ ਵਾਲੇ ਹੀ ਨੇ, ਉੱਧਰ ਨੂੰ ਜਾਂਦੇ ਨੇ, ਅਤੇ ਆ ਜਾ ਰਿਹਾ ਵਾ ਇਹ ਸਿੱਧਾ ਲੇਹ ਨੂੰ ਜਾ ਰਿਹਾ ਵਾ। ਇੱਕ ਇੱਥੇ ਬੈਰੀਅਰ ਆਇਆ, ਉਸ 'ਤੇ ਚੈੱਕ ਪੁਆਇੰਟ ਆ, ਉਹ ਚੈੱਕ ਪੁਆਇੰਟ 'ਤੇ ਐਂਟਰੀ ਹੋ ਰਹੀ ਆ, ਇੱਥੇ ਰੋਕਿਆ ਜਾਂਦਾ ਜੀ ਡਿਵੈਲਪਮੈਂਟ ਫੀਸ ਬੈਰੀਅਰ। ਉਹਦਾ ਹੋਈ ਇੱਕ ਕਲੋਲ, ਕਲੋਲ ਕੀ ਹੋਈ ਕਿ ਬਾਕੀ ਸਾਰੀਆਂ ਗੱਡੀਆਂ ਤੋਂ ਲੈ ਰਹੇ ਸੀ 200 ਰੁਪਈਆ, ਅਤੇ ਜਦੋਂ ਅਸੀਂ 200 ਰੁਪਏ ਦਿੱਤਾ ਤਾਂ ਸਾਨੂੰ ਕਹਿੰਦੇ 200 ਨਹੀਂ ਤੁਸੀਂ 300 ਰੁਪਈਆ ਦਿਓ, ਕਹਿੰਦਾ ਥਾਰ ਵਾਲੇ 300 ਹੀ ਲੈਣਗੇ। ਹੈਲੋ ਜੇ ਢਾਬਾ ਨਾ ਹੋਏ ਤਾਂ ਬੱਕਰੀ ਬੁੱਕਰੀ ਦਾ ਚੋਰੀ ਲਵਾਂਗੇ। ਉਹ ਤਾਂ ਸੁਣ ਗਿਆ, ਮੈਂ ਕਿਹਾ ਫਤਿਹ ਲਈ ਤਾਂ ਦੁੱਧ ਲੈ ਲਾਂਗੇ, ਤੇਰੇ ਲਈ ਬੱਕਰੀ ਚੋਲਾਂਗੇ। ਇਹ ਦੇਖ ਲਓ ਜੀ, ਇੱਕ ਪੁਆਇੰਟ ਆਇਆ ਮੈਗੀ ਪੁਆਇੰਟ ਜਾ, ਤੇ ਅਸੀਂ ਇੱਥੇ ਰੁਕੇ ਆ। ਕਿਹੜਾ ਸੀਗਾ, ਏ ਕੇ ਕਿਚਨ? ਹਾਂਜੀ, ਏ ਕੇ ਕਿਚਨ। ਵਿਊ ਵੀ ਬਹੁਤ ਸੋਹਣਾ, ਇੱਥੇ ਲੋਕੇਸ਼ਨ ਵੀ ਵਧੀਆ ਵਾ, ਰਿਵਰ ਸਾਈਡ 'ਤੇ ਆ। ਹੁਣ ਇੱਥੇ ਕੁਛ ਖਾ ਪੀ ਲਈਏ, ਉਸ ਤੋਂ ਬਾਅਦ ਫਿਰ ਅਸੀਂ ਚੱਲਦੇ ਹਾਂ ਅੱਗੇ। ਪਾਪਾ ਨੂੰ ਸ਼ਾਮ ਨੂੰ ਖੁਸ਼ ਕਰਦੇ ਆਪਾਂ। ਅੱਜ ਤੋਂ ਸਾਡੇ ਪ੍ਰਧਾਨ ਜੀ ਨੇ ਇਹ, ਪ੍ਰਧਾਨ ਸਰ ADC ਹੁਣ ਅਸੀਂ ਗੁਹਾਰ ਆਪਣੀ ADC ਨੂੰ ਲਈਏ ਜਾਂ DC ਨੂੰ ਲਈਏ? ਯਾਨੀ ਕਿ DC ਨੂੰ ਕੁਝ ਨਹੀਂ ਕਹਿਣਾ, ਹੁਣ ਆਪਾਂ ADC ਗੱਲ ਕਰਦੇ ਆ। ਪਰਮਿਸ਼ਨ DC ਨਹੀਂ ਦੇਣੀ ਹੈ। ਪਰਮਿਸ਼ਨ ਦੀ ਪੂਰੀ ਅਥਾਰਟੀ ਹੁੰਦੀ ਆ। ਅੱਛਾ, ਤੈਨੂੰ ਪਾਵਰ ਆਟੋ ਨਹੀਂ ਹੈਗੀ ਤੈਨੂੰ? ਹੈ ਸਾਡਾ ਆਰਡਰ ਆ ਗਿਆ ਵਿੱਚ ਫਰਾਈਡ ਮੋਮੋਸ, ਨਿਊਡਲਸ,
प्लेटा गलास कोलियां चम। मौसम बहुत सोहना हो गया इतने पर हवा भी बहुत चलती है, पता लग गया ना। देखो किड्डे कैम लाते ने ਆਰੇ ਨਾ ਅਰਪਿਤ ਉੱਪਰ ਤਾਂ ਬਰਫ ਹੁਣੇ ਲੱਗਦੀ ਆ ਜਿਵੇਂ ਪਈ ਹੋਵੇ ਜੀ ਪਈ ਹੈ ਮੇਰੇ ਖਿਆਲ ਹਾਂ ਰਾਤ ਹੀ ਸਨੋਫਾਲ ਉੱਪਰ ਹੋਈ ਲੱਗਦੀ ਆ ਉਹ ਦੇਖੋ ਨਾ ਹਾਂਜੀ ਤੇ ਕਾਰ ਅਸੀਂ ਰੋਡ ਸਾਈਡ ਫੇਰ ਪਾਰਕ ਕਰਤੀ ਤੇ ਹੁਣ ਅਸੀਂ ਜਾ ਰਹੇ ਹਾਂ ਸਿਸੂ ਦੇ ਵਾਟਰਫਾਲ ਤੇ ਆਹ ਟਰੈਕ ਆ ਜੀ ਤੇ ਇੱਥੋਂ ਅਪਰੋਕਸੀਮੇਟਲੀ ਕਿੰਨੇ ਕਿਲੋਮੀਟਰ ਆ ਜੇ ਮੈਂ ਦੱਸਤਾ ਤੇ ਮੇਰੇ ਨਾਲ ਦੇ ਨੇ ਭੱਜ ਜਾਣਾ ਹੌਲੀ ਹੌਲੀ ਬਸ ਤੁਰੀ ਜਾਂਦੇ ਆ ਮਜ਼ਾ ਆ ਗਿਆ ਨੂਰ ਕਹਿੰਦਾ ਮਜ਼ਾ ਆ ਗਿਆ ਹਾਂਜੀ ਤੇ ਇਹ ਟਰੈਕ ਆ ਇਹ ਟਰੈਕ ਅਸੀਂ ਸ਼ੁਰੂ ਕਰਤਾ ਸਿਸੂ ਦੇ ਵਾਟਰਫਾਲ ਦੇ ਲਈ गरनूर कहिंदा गड्डी चलाउणी है मैं ओ गेयर पाता भी उन्हें मुंडे ने साडे ने ओ पाता काके ने गेयर हां गेयर पै गया बस हुण चलाओ ओ चलाओ अगे लै जाओ ਵਾਪਸ ਆ ਗਏ ਸੀਗੇ ਅਸੀਂ ਵਾਟਰਫਾਲ ਤੇ ਗਏ ਨਹੀਂ ਕਿਉਂਕਿ ਸਾਡੇ ਨਾਲ ਨਾ ਛੋਟਾ ਬੱਚਾ ਸੀ ਤੇ ਬਾਰਿਸ਼ ਸ਼ੁਰੂ ਹੋ ਗਈ ਆ ਤੇ ਫਿਰ ਉਹ ਟਰੈਕ ਹੈ ਜਿਹੜਾ ਉਹ ਕਾਫੀ ਮਤਲਬ ਕਿਲੋ ਡੇਢ ਕਿਲੋਮੀਟਰ ਹੈ ਨਾ 3.5 ਕਿਲੋਮੀਟਰ 3.5 ਕਿਲੋਮੀਟਰ ਜਿਹੜਾ ਮਤਲਬ ਟਰੈਕ ਹੈਗਾ ਵੀ ਚੱਲ ਕੇ ਜਾਣਾ ਪੈਣਾ ਸੀ ਆਪਾਂ ਨੂੰ ਤੇ ਫਿਰ ਉਹ ਬਾਰਿਸ਼ ਦੇ ਕਰਕੇ ਪੋਸੀਬਲ ਹੀ ਨਹੀਂ ਹੋਣਾ ਸੀਗਾ ਬੱਚੇ ਸੀਗੇ ਇੱਕ ਹਵਾ ਬਹੁਤ ਤੇਜ਼ ਚੱਲਦੀ ਪਈ ਸੀ ਨਾਲ ਨਾਲ ਮੌਸਮ ਖਰਾਬ ਹੋਣ ਦੇ ਕਰਕੇ ਅਸੀਂ ਉੱਥੇ ਜਾ ਨਹੀਂ ਪਾਏ ਫਿਰ ਅਸੀਂ ਉੱਥੋਂ ਵਾਪਸ ਆ ਰਹੇ ਹਾਂ ਹੁਣ ਤੇ ਹੁਣ ਆਪਾਂ ਸਲੰਗ ਵੈਲੀ ਰੁਕਾਂਗੇ ਹਾਂ ਸ਼ਾਇਦ ਸਲੰਗ ਵੈਲੀ ਰੁਕੀਏ ਜੇ ਬਾਰਿਸ਼ ਨਾ ਹੋਈ ਤਾਂ ਪੱਕਾ ਰੁਕਾਂਗੇ ਹਾਂਜੀ ਸਾਡੀ ਤਾਂ ਹੁੰਦੇ ਹੁੰਦੇ ਹਾਲਤ ਹੋ ਗਈ ਖਰਾਬ ਇੱਕ ਤਾਂ ਬਾਰਿਸ਼ ਨੇ ਕੰਮ ਖਰਾਬ ਕੀਤਾ ਪਿਆ ਤੇ ਦੂਸਰਾ ਟ੍ਰੈਫਿਕ ਨੇ ਬਾਰਿਸ਼ ਬੰਦ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਹੋਰ ਕੀ ਬਾਰਿਸ਼ ਹੋਈ ਜਾ ਰਹੀ ਹੈ ਝੜੀ ਲੱਗ ਰਹੀ ਹੁੰਦੀ ਹੈ ਨਾ ਝੜੀ ਲੱਗ ਗਈ ਹੈ ਬਿਲਕੁਲ ਬੰਦ ਹੀ ਨਹੀਂ ਹੋ ਰਹੀ ਬਾਰਿਸ਼ ਅਸੀਂ ਬੜੇ ਪਰੇਸ਼ਾਨ ਹੋ ਗਏ ਅਸੀਂ ਉੱਪਰੋਂ ਵੀ ਆਏ ਸੀ ਬਾਰਿਸ਼ ਕਰਕੇ ਫਿਰ ਅਸੀਂ ਸਲੰਗ ਵੈਲੀ ਆਏ ਉੱਥੇ ਵੀ ਬਹੁਤ ਬਾਰਿਸ਼ ਹੋ ਰਹੀ ਸੀਗੀ ਹੁਣ ਉੱਥੋਂ ਵੀ ਕੈਂਸਲ ਹੋ ਗਿਆ ਹੁਣ ਨੀਚੇ ਚੱਲਿਆ ਮਨਾਲੀ ਅੱਜ ਦਾ ਸਾਰਾ ਦਿਨ ਹੀ ਸਾਡਾ ਐ ਲੰਘ ਗਿਆ ਖੱਜਰ ਖਵਾਰਾ ਦੇਖੋ ਪੂਰਾ ਜਾਮ ਹੀ ਜਾਮ ਆਹ ਤਾਂ ਮਨਾਲੀ ਦਾ ਹਾਲ ਆ ਜੀ ਇਸ ਵੇਲੇ ਉਹ ਉੱਪਰ ਵੀ ਐ ਗੱਡੀਆਂ ਲੈਣ ਬਣਾ ਕੇ ਆ ਰਹੀਆਂ ਨੇ जिथे तक निगाह जाती है बस गड्डिया खड़िया ने आए आए देखो इन्होंने दिनों दे होंगी नहीं होंगी बरसात बरसात इतने लेट होंगी पर इतने इस बार घट्टो घट नहीं 15-20 दिन पहले बरसात शुरू हो गई इधर मतलब इस साल सारे पासे मौसम चेंज ਸੀਗਾ ਮਤਲਬ ਆਪਣੇ ਪੰਜਾਬ ਚ ਵੀ ਲਾ ਲੋ ਜੇ ਆਪਾਂ ਮੰਨੀਏ ਤਾਂ ਹਾਂ ਬਰਸਾਤ ਉਧਰ ਵੀ ਸਟਾਰਟ ਦਿਨਾਂ ਦੇ ਵਿੱਚ ਪੂਰੀ ਗਰਮੀ ਹੁੰਦੀ ਆ ਵੀ ਇੰਨੀ ਗਰਮੀ ਨਹੀਂ ਪਈ ਜਿੰਨੀ ਮਤਲਬ ਅੱਗੇ ਹੁੰਦੀ ਆ ਹਾਂ ਹੈਂਗਿੰਗ ਰੈਸਟੋਰੈਂਟਸ ਵੀ ਮਿਲਣਗੇ ਇਹ ਦੇਖੋ ਮਤਲਬ ਪਹਾੜਾਂ ਦੇ ਲਮਕਾ ਕੇ ਰੋਟੀ ਖਵਾਉਣਗੇ ਹੁਣ ਇਹ ਆਪਾਂ ਤੇ ਟ੍ਰੈਫਿਕ ਫਿਰ ਤੋਂ ਮਨਾਲੀ ਦਾ ਉਹੀ ਹਾਲ ਹਰ ਪਾਸੇ ਪਿੱਛੇ ਵੀ ਅੱਗੇ ਵੀ ਪੈ ਪੈ ਹੋ ਰਹੀ ਆ ਹਾਲ ਬੁਰੇ ਹੀ ਆ ਬਾਈ ਇੱਥੇ ਮਨਾਲੀ ਦੇ ਬਾਈ ਬਣਾ ਜੇ ਕਿਸੇ ਨੇ ਆਉਣਾ ਹੋਊਗਾ ਮਹੀਨਾ ਖੰਡ ਡੇਢ ਮਹੀਨਾ ਰੋਕ ਕੇ ਆ ਜਿਓ ਕਿਉਂਕਿ ਇਸ ਵੇਲੇ ਤਾਂ ਇੱਥੇ ਕੁੱਤੇ ਖਾਣੀ ਹੁੰਦੀ ਆ ਜਿਹੜੀ ਹੁੰਦੀ ਆ ਬੱਸਾਂ ਨਿਕਲਣ ਲੱਗ ਪਈਆਂ ਹੁਣ ਤੇ ਮਾਲ ਰੋਡ ਤੇ ਕਿ ਛੋਟੀ ਗੇੜੀ ਗੁੜੀ ਲਾਈਏ ਤੇ ਰੋਟੀ ਪਾਣੀ ਖਾਈਏ ਜਾ ਕੇ ਬਸ ਫਿਰ ਰੂਮ 'ਚ ਰੈਸਟ ਪਾਰਕਿੰਗ ਦਾ ਹਾਲ ਆ ਜੀ ਇੱਥੇ ਬਹੁਤ ਔਖਾ ਹੁੰਦਾ ਇੱਥੇ ਲਾਉਣੀਆਂ ਗੱਡੀਆਂ ਅਜੇ ਤੱਕ ਕਰਤੀ ਪਾ ਕੇ ਇੱਥੇ ਹਾਂਜੀ ਤੇ ਹੁਣ ਅਸੀਂ ਆ ਗਏ ਮਨਾਲੀ ਦੀ ਮਾਲ ਰੋਡ ਤੇ ਰਸ਼ ਦੇਖੋ ਇੱਥੇ ਕਿੰਨਾ ਹਰਪੀ ਹੁਣ ਕੁਝ ਖਾਣਾ ਪੀਣਾ ਪਹਿਲਾਂ ਕਿ ਕੁਝ ਖਾਣਾ ਪਹਿਲਾਂ ਕਿਆ
ਹਰਪ੍ਰੀਤ ਕੁਝ ਖਾਣ ਨੂੰ ਮੰਗ ਲਿਆ, ਭੁੱਖ ਲੱਗੀ ਹੈ ਪਹਿਲਾਂ ਕੁਝ ਖਾ ਪੀ ਲਈਏ। ਨੂਰ ਵੀ ਉਸ ਤੋਂ ਬਾਅਦ ਬਸ ਫਿਰ ਇੱਥੋਂ ਅਸੀਂ ਗੇੜੀ ਗੁੜੀ ਲਾ ਕੇ ਫਿਰ ਜਾਈਏ ਰੂਮ 'ਚ ਰੈਸਟ ਕਰੀਏ, ਕਿਉਂਕਿ ਅੱਜ ਦਾ ਡੇ ਤਾਂ ਸਾਰਾ ਇੱਦਾਂ ਹੀ ਲੰਘ ਗਿਆ। ਇਸ ਟਾਈਮ 'ਤੇ ਇੱਥੇ ਰਾਸ਼ ਹੀ ਬਹੁਤ ਜ਼ਿਆਦਾ ਅਤੇ ਮਾਲ ਰੋਡ ਦੀ ਪੂਰੀ ਡਿਟੇਲ 'ਚ ਵੀਡੀਓ ਜਿਹੜੀ ਹੈ ਅਸੀਂ ਆਪਣੇ ਪਹਿਲਾਂ ਵਾਲੇ ਬਲੌਗ 'ਚ ਬਣਾ ਚੁੱਕੇ ਹਾਂ ਅਤੇ ਤੁਸੀਂ ਉੱਥੋਂ ਦੇਖ ਸਕਦੇ। ਅੱਜ ਤਾਂ ਸਿਰਫ ਤੁਹਾਨੂੰ ਸਿੰਪਲ ਇੱਥੇ ਇੱਕ ਛੋਟਾ ਜਿਹਾ ਵਿਜ਼ਿਟ ਹੀ ਕਰਾ ਰਿਹਾ ਮਾਲ ਰੋਡ ਦਾ। ਉਹ ਦੁਰਗਾ ਮਾਤਾ ਦਾ ਟੈਂਪਲ, ਸੇ ਹੈਲੋ, ਕਿਆ ਬਾਤ ਹੈ ਵੀ ਦੇਖੋ ਡਾਂਸ ਕੈਮਨ ਹੈ, ਬਲੂਨ ਦਾ ਰੌਲਾ ਪਾ ਲਿਆ ਜਿਹਨੇ, ਇਹ ਰੌਣਕ ਤੇ ਲੱਗ ਗਿਆ ਸੀਗਾ। ਰਸ਼ ਦੇਖੋ ਕਿੰਨਾ ਇੱਥੇ, ਆਹ ਮਨਾਲੀ 'ਚ ਰਾਜ ਦੇਖੋ, ਇਹ ਮਾਲ ਰੋਡ ਆ ਜੀ। ਮਾਲ ਰੋਡ ਦਾ ਇੱਕ ਕੈਫੇ ਆ ਜੀ, ਬਹੁਤ ਫੇਮਸ ਕੈਫੇ ਆ ਉਹ, ਉਸ ਕੈਫੇ ਦਾ ਨਾਮ ਹੈਗਾ ਪਹਾੜੀ ਰੂਫਟੌਪ ਕੈਫੇ। ਇਹ ਹੈ ਪਹਾੜੀ ਰੂਫਟੌਪ ਕੈਫੇ ਜੋ ਕਿ ਮਨਾਲੀ ਮਾਲ ਰੋਡ ਦਾ ਬਹੁਤ ਫੇਮਸ ਕੈਫੇ ਆ। ਇੱਥੋਂ ਲਈ ਆਈਸਕ੍ਰੀਮ ਚੋਕਲੇਟ ਵਨੀਲਾ ਦੋ ਕਰ ਦਿਓ। ਹਾਂਜੀ, ਅਤੇ ਹੁਣ ਅਸੀਂ ਵਾਪਸ ਆ ਗਏ ਸੀ ਆਪਣੇ ਹੋਟਲ, ਅਤੇ ਹੋਟਲ ਸਾਡਾ ਹੈਗਾ ਤਨਵਰ ਵਿਲਾ। ਆ ਇਹਨਾਂ ਦੀ ਪਾਰਕਿੰਗ ਆ, ਇੱਕ ਬੇਸਮੈਂਟ 'ਚ ਪਾਰਕਿੰਗ ਆ, ਆ ਐਂਟਰੈਂਸ ਆ, ਇਸ ਸਾਈਡ 'ਤੇ ਰਿਸੈਪਸ਼ਨ ਆ। ਬਾਈ ਉਹਨਾਂ ਦਾ ਬਿਹੇਵੀਅਰ ਔਰ ਸਰਵਿਸ ਵੈਰੀ, ਮੈਂ ਕਹਿੰਦਾ ਵੀ ਮਜ਼ਾ ਆ ਗਿਆ। ਅਤੇ ਆਹ ਵੇਟਿੰਗ ਹਾਲ ਇਹਨਾਂ ਦਾ ਹੋਟਲ ਦਾ, ਠੀਕ ਹੈ। ਅਤੇ ਇਸ ਸਾਈਡ 'ਤੇ ਰੈਸਟੋਰੈਂਟ ਆ, ਔਰ ਇਹ ਸਟੇਅਰ ਕੇਸਿਸ ਬੇਸਮੈਂਟ 'ਚ ਜਾਂਦੀਆਂ ਨੇ। ਆਹ ਬਾਈ ਉਹਨਾਂ ਦੀ ਕਿਚਨ ਆ, ਇਹਨਾਂ ਦੀ ਕਿਚਨ ਆ ਇੱਥੇ, ਔਰ ਇੱਥੋਂ ਲਿਪ ਰਾਹੀਂ ਫਿਰ ਆਪਾਂ ਉੱਪਰ ਚੱਲਦੇ ਆਪਣੇ ਰੂਮ 'ਚ। ਅਤੇ ਆਹ ਸਾਡਾ ਭਟੂਰਾ। ਹਾਂ ਨੂਰੂ ਆ ਗਿਆ, ਕੀ ਕਰਦਾ ਸੀ ਤੂੰ? ਅਰੇ ਆ ਚੱਲਦਾ ਫੋਨ, ਭੁੱਖ ਲੱਗੀ ਹੈ, ਸਿਰਫ ਖਾਣਾ ਮੰਗਾ ਲਓ ਬੁੱਟ, ਕਰਿਆ ਨਹੀਂ ਔਡਰ, ਕਰ ਹੈ ਬੁੱਤ, ਕਰ ਦਿਓ ਫਿਰ ਔਡਰ ਕਰ ਦਿਓ, ਚਲੋ ਫਿਰ ਔਡਰ ਕਰ ਦਿਓ, ਕੀ ਖਾਣਾ? ਹੈਲੋ ਪਾਪਾ। ਹਾਂਜੀ ਬਾਈ, ਅੱਜ ਦਾ ਦਿਨ ਤਾਂ ਕੁਛ ਖਾਸ ਨਹੀਂ ਨਿਕਲਿਆ, ਬੜੀ ਐਕਟੀਵਿਟੀ ਤਾਂ ਕੁਛ ਹੋਣੀ ਪਈ ਹੈ, ਜ਼ਿਆਦਾਤਰ ਜਿਹੜਾ ਸੀਗਾ ਸਾਰਾ ਕੰਮ ਤਾਂ ਬਾਰਿਸ਼ ਨੇ ਜਿਹੜਾ ਖਰਾਬ ਕਰਤਾ, ਉਹਦੇ ਕਰਕੇ ਨਾ ਤਾਂ ਅਸੀਂ ਕਿਸੇ ਪਾਸੇ ਜਾ ਪਾਏ ਅਤੇ ਨਾ ਹੀ ਪ੍ਰੋਪਰਲੀ ਕੋਈ ਐਡਵੈਂਚਰਲ ਐਕਟੀਵਿਟੀ ਕਰ ਪਾਏ। ਅਤੇ ਹੁਣ ਬਸ ਘੁੰਮ ਘੁੰਮ ਕੇ ਵਾਪਸ ਆ ਗਏ ਹਾਂ ਡੇ ਖਰਾਬ ਕਰਕੇ। ਅੱਜ ਦਾ ਫਿਰ ਵਲੌਗ ਆਪਾਂ ਇੱਥੇ ਐਂਡ ਕਰਦੇ ਹਾਂ, ਕੱਲ੍ਹ ਨੂੰ ਮਿਲਦੇ ਹਾਂ ਜੀ ਨਵੇਂ ਦਿਨ ਅਤੇ ਨਵੀਂ ਸ਼ੁਰੂਆਤ ਦੇ ਨਾਲ, ਉਨੇ ਟਾਈਮ ਲਈ ਸਤਿ ਸ਼੍ਰੀ ਅਕਾਲ।